ਨਗਰ ਨਿਗਮ ਦੇ ਐਂਟੀ ਐਕਰੋਚਮੈਂਟ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਗ੍ਰੀਨ ਐਵਨਿਊ ਮਾਰਕੀਟ ਵਿਖੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਤੇ ਨਿਗਮ ਦਾ ਪੀਲਾ ਪੰਜਾ ਚਲਾ ਕੇ ਜਿੱਥੇ ਗੇਟ ਗ੍ਰਿਲਾਂ ਨੂੰ ਹਟਾਇਆ ਗਿਆ ਉੱਥੇ ਹੀ ਨਜਾਇਜ਼ ਉਸਾਰੀ ਦੀਆਂ ਦੀਵਾਰਾਂ ਨੂੰ ਵੀ ਤੋੜਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਨਿਗਮ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਗ੍ਰੀਨ ਐਵਨਿਊ ਵਿਖੇ ਨਜਾਇਜ਼ ਤੌਰ ਤੇ ਕੀਤੇ ਕਬਜ਼ਿਆਂ ਉੱਪਰ ਅੱਜ ਕਾਰਵਾਈ ਕਰਦਿਆਂ ਨਿਗਮ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਜੇਕਰ ਕੋਈ ਵੀ ਆਪਣੀਆਂ ਦੁਕਾਨਾਂ ਦੇ ਬਾਹਰ ਪ੍ਰਸ਼ਾਸਨ ਦੀ ਜਗ੍ਹਾ ਤੇ ਕਬਜ਼ਾ ਕਰਦਾ ਹੈ ਤਾਂ ਉਸ ਤੇ ਇਸੇ ਤਰ੍ਹਾਂ ਦੀ ਹੀ ਕਾਰਵਾਈ ਕੀਤੀ ਜਾਵੇਗੀ। ਮਾਨਯੋਗ ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਦੇ ਹੁਕਮਾਂ ਦੇ ਨਾਲ ਜਿਹੜੀ ਗ੍ਰੀਨ ਐਵਨਿਊ ਮਾਰਕੀਟ ਆ ਉਹਦੇ ਵਿੱਚ ਜਿਹੜੀ ਦੁਕਾਨਦਾਰਾਂ ਵੱਲੋਂ ਗ੍ਰਿਲਾਂ ਲਗਾ ਕੇ ਸ਼ਟਰਸ ਲਗਾ ਕੇ ਜਿਹੜੀ ਪੱਕੀ ਇੰਪਰੂਵਮੈਂਟ ਕੀਤੀ ਗਈ ਸੀ ਉਹਨੂੰ ਰਿਮੂਵ ਕੀਤਾ ਆ। ਕੱਲ੍ਹ ਆਪਾਂ ਇਹਨੂੰ ਆਲਰੇਡੀ ਪਹਿਲਾਂ ਆਪਾਂ 2 ਮਹੀਨੇ ਪਹਿਲਾਂ ਵੀ ਇਹਨਾਂ ਨੂੰ ਵਾਰਨਿੰਗ ਦੇ ਚੁੱਕੇ, ਕੱਲ੍ਹ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਸੀ ਵੀ ਆਪਣੇ ਆਪ ਰਿਮੂਵ ਕਰ ਲਓ, ਇਹਨਾਂ ਨੇ ਨਹੀਂ ਕੀਤੀ, ਜਿਨ੍ਹਾਂ ਨੇ ਨਹੀਂ ਕੀਤੀ ਆਪਾਂ ਉਹਨਾਂ ਦੇ ਡਿਮੋਲਿਸ਼ ਕਰ ਦਿੱਤੀ ਹੈ। ਤੇ ਹੋਰ ਕੀ ਚੇਤਾਵਨੀਆਂ ਜੀ ਬਾਕੀਆਂ ਨੂੰ ਜਿਹੜੇ ਕਬਜ਼ੇ ਕਰਕੇ ਬੈਠੇ? ਅਸੀਂ ਬਸ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਮਾਨਯੋਗ ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਦੀ ਹਦਾਇਤ ਅਨੁਸਾਰ ਵੀ ਜਿਹੜੇ ਫੁੱਟਪਾਥ ਨੇ ਜਾਂ ਕੁਛ ਵੀ ਕਿਸੇ ਤਰ੍ਹਾਂ ਦੀ ਵੀ ਇਨਕਰੋਚਮੈਂਟ ਆ ਉਹਨੂੰ ਤੁਰੰਤ ਆਪਣੇ ਆਪ ਹਟਾ ਲੈਣ। ਜੇ ਕਾਰਪੋਰੇਸ਼ਨ ਕਾਰਵਾਈ ਕਰੇਗੀ ਤਾਂ ਉਹਨਾਂ ਦਾ ਸਮਾਨ ਜ਼ਬਤ ਹੋਏਗਾ, ਵਾਪਸ ਨਹੀਂ ਦਿੱਤਾ ਜਾਏਗਾ। ਤੇ ਅੱਜ ਕਿਹੜੀਆਂ ਕਿਹੜੀਆਂ ਦੁਕਾਨਾਂ ਤੇ ਜਾਂ ਸ਼ੋਰੂਮਸ ਤੇ ਕਾਰਵਾਈ ਕੀਤੀ ਗਈ? ਆਪਾਂ ਤਕਰੀਬਨ ਪੱਪੀ ਦੀ ਹੱਟੀ ਤੋਂ ਲੈ ਕੇ ਤੇ ਲਾਸਟ ਇੱਕ ਜਿਹੜਾ ਜੁਐਲਰ ਸ਼ਾਪ ਸੀ ਉਹਨੇ ਪੱਕੇ ਤੌਰ ਦੇ ਉੱਤੇ ਬਿਲਡਿੰਗ ਨੇ ਦੁਬਾਰਾ ਕਰਕੇ ਤੇ ਬਰਾਮਦੇ ਜਿਹੜੇ ਰਿਕਵਰ ਕੀਤਾ ਸੀ ਉਹਨੂੰ ਤੋਂ ਡਿਮੋਲਿਸ਼ ਕੀਤਾ ਹੈ। ਠੀਕ ਹੈ, ਇਹ ਕਾਰਵਾਈ ਹੁਣ ਇਸ ਤਰ੍ਹਾਂ ਅੱਗੇ ਤੋਂ ਜਾਰੀ ਰਹੇਗੀ? ਇਹ ਤਕਰੀਬਨ ਜਿਹੜੀ ਸਾਡਾ ਐਂਟੀ ਇਨਕਰੋਚਮੈਂਟ ਡਰਾਈਵ ਹੈ ਜਿਹੜੀ ਕੰਟੀਨਿਊ ਡੇਲੀ ਹੀ ਚੱਲਦੀ ਹੈ, ਕਈ ਵਾਰੀ ਆਪਾਂ ਮਾਰਨਿੰਗ ਨੂੰ ਸ਼ਾਮ ਨੂੰ ਵੀ ਇਸ ਤਰ੍ਹਾਂ ਹੀ ਚੱਲਦੀ ਰਹੇਗੀ। ਮਾਨਯੋਗ ਸੀ ਪੀ ਸਾਹਿਬ ਦੇ ਹੁਕਮ ਮੁਤਾਬਕ ਨਗਰ ਨਿਗਮ ਤੋਂ ਸਾਨੂੰ ਲੈਟਰ ਆਇਆ ਸੀਗਾ ਕਿ ਇੱਥੇ ਇਹਨਾਂ ਨੇ ਜਿਹੜਾ ਕੋਈ ਨਜਾਇਜ਼ ਕਬਜ਼ੇ ਕੀਤੇ ਹੋਏ ਆ ਉਹਨਾਂ ਦੇ ਸੰਬੰਧ 'ਚ ਕਾਰਵਾਈ ਕਰਨੀ ਆ। ਉਹਦੇ ਸੰਬੰਧ ਅਸੀਂ ਪ੍ਰੋਟੈਕਸ਼ਨ ਦਿੱਤਾ ਇਹਨਾਂ ਨੂੰ ਮੁਹੱਈਆ ਕਰਾਈ ਅਤੇ ਜੋ ਵੀ ਨਜਾਇਜ਼ ਕਬਜ਼ੇ ਸੀਗੇ ਉਹ ਹਟਾਏ ਅਤੇ ਅੱਗੋਂ ਤੋਂ ਇਸ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਾਂਗੇ ਜੀ।